ਅੱਜ ਪਹੁੰਚੇ ਹਾਂ ਪੰਜਾਬੀ ਫਿਲਮ ਦੁੱਲਾ ਵੈਲੀ ਦੀ ਟੀਮ ਦੇ ਕੋਲ। ਇਹ ਉਹ ਪੰਜਾਬੀ ਫਿਲਮ ਹੈ ਜਿਸ ਦੇ ਮੋਸ਼ਨ ਪੋਸਟਰ ਨੂੰ ਯੂਟਿਊਬ ਦੇ ਉੱਤੇ ਲਗਭਗ 2.25 ਲੱਖ ਲੋਕਾਂ ਨੇ ਦੇਖਿਆ ਔਰ ਉਸਨੂੰ ਬਹੁਤ ਪਿਆਰ ਦਿੱਤਾ। ਇੱਕ ਵੱਖਰੇ ਜਿਹੇ ਅੰਦਾਜ਼ ਦੇ ਵਿੱਚ ਬਣ ਰਹੀ ਇਹ ਪੰਜਾਬੀ ਫਿਲਮ ਦੁੱਲਾ ਵੈਲੀ ਦੀ ਟੀਮ ਦੇ ਕੋਲ ਪਹੁੰਚੇ ਹਾਂ। ਆਓ ਮਿਲਾਵਾਂ ਦੁੱਲਾ ਵੈਲੀ ਦੀ ਪੂਰੀ ਟੀਮ ਦੇ ਨਾਲ। ਸੋ ਸਭ ਤੋਂ ਪਹਿਲਾਂ ਦੁੱਲਾ ਵੈਲੀ ਦੀ ਟੀਮ ਨੂੰ ਮੈਂ punjabdreams.com ਦੀ ਸਾਰੀ ਟੀਮ ਦੇ ਵੱਲੋਂ ਜੀ ਐਂ ਕਹਿੰਦਾ ਵੈਲਕਮ ਆ। ਹਾਂਜੀ, ਸਾਰਿਆਂ ਨੂੰ ਸਾਡੀ ਤਰਫ ਤੋਂ ਸਤਿ ਸ਼੍ਰੀ ਅਕਾਲ ਜੀ। ਸੋ ਦੁੱਲਾ ਵੈਲੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਫਿਲਮ ਦੇ ਪ੍ਰੋਡਿਊਸਰ ਮਲਕੀਤ ਬੁੱਟਰ ਜੀ ਨਾਲ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਲਕੀਤ ਬੁੱਟਰ ਜੀ, ਸਾਨੂੰ ਦੱਸੋ ਦੁੱਲਾ ਵੈਲੀ ਫਿਲਮ ਤੁਹਾਡੇ ਦਿਮਾਗ ਦੇ ਵਿੱਚ ਇਸ ਫਿਲਮ ਬਾਰੇ ਕਨਸੈਪਟ ਕਿਸ ਤਰ੍ਹਾਂ ਹੈ? ਅੱਜ ਤੋਂ ਕੋਈ 30-40 ਸਾਲ ਜਿਹੜਾ ਪੁਰਾਣਾ ਸਾਡਾ ਕਲਚਰ ਸੀਗਾ ਪੰਜਾਬ ਦਾ, ਉਹਦੇ ਅਕੋਰਡਿੰਗ ਸੀ ਵੀ ਪਹਿਲਾਂ ਕੀ ਹੁੰਦਾ ਸੀ, ਕਿਉਂਕਿ ਹੁਣ ਥੋੜ੍ਹਾ ਜਿਹਾ ਜਿਹੜਾ ਗੈਪ ਹੈਗਾ, ਕੁਛ ਲੋਕ ਪੁਰਾਣਾ ਚੀਜ਼ਾਂ ਦੇਖਣਾ ਚਾਹੁੰਦੇ ਆ, ਜੋ ਨਵੀਂ ਜਨਰੇਸ਼ਨ ਹੈਗੀ ਉਹ ਵੀ ਚਾਹੁੰਦੀ ਹੈ ਪੁਰਾਣੀਆਂ, ਹੁਣ ਜਿਹੜੀਆਂ ਮੌਜੂਦਾ ਉਹ ਵੀ ਚਾਹੁੰਦੇ ਅਸੀਂ ਲੇਟੈਸਟ ਤਾਜ਼ਾ ਦੇਖੀਏ ਕੀ ਹੈ। ਬਟ ਉਸ ਕਰਕੇ ਅਸੀਂ ਫਿਰ ਮੈਂ ਸਾਡੀ ਟੀਮ ਦੇਵੀ ਭਾਅ ਜੀ ਮੈਡਮ ਦੇ ਨਾਲ ਅਸੀਂ ਇਕੱਠਿਆਂ ਕਈ ਕੰਮ ਕੀਤੇ ਹੈਗੇ, ਪਹਿਲਾਂ ਪ੍ਰੋਜੈਕਟ ਕੀਤੇ ਹੈ, ਅਤੇ ਅਸੀਂ ਇਸਦੇ ਬਾਰੇ ਜਦੋਂ ਡਿਸਕਸ ਕੀਤੀ ਵੀ ਇਹ ਵਧੀਆ ਜਿਹੜਾ ਹੈਗਾ ਕਲਚਰ ਹੈਗਾ, ਅਤੇ ਇੱਕ ਕਰੈਕਟਰ ਹੈ ਜਿਹੜਾ ਬਿਲਕੁਲ ਸੱਚ ਦੇ ਨੇੜੇ ਆ, ਜੋ ਦੁੱਲਾ ਵੈਲੀ ਦੋਸਤੋ ਮਿਲਾਉਣ ਜਾ ਰਹੇ ਹਾਂ ਦੁੱਲਾ ਵੈਲੀ ਫਿਲਮ ਦੇ ਰਾਈਟਰ ਮੈਡਮ ਖੁਸ਼ਬੂ ਜੀ ਨਾਲ। ਸਭ ਤੋਂ ਪਹਿਲਾਂ ਤਾਂ ਜੀ ਮੈਂ punjabdreams.com ਦਾ ਵੈਲਕਮ ਕਰਨਾ ਚਾਹਾਂਗੀ, ਜਿਨ੍ਹਾਂ ਨੇ ਸਾਡੀ ਇੰਟਰਵਿਊ ਲਈ ਇੱਥੇ ਟਾਈਮ ਕੱਢਿਆ। ਅਤੇ ਇਹ ਜੋ ਸਾਡੀ ਫਿਲਮ ਹੈ ਦੁੱਲਾ ਵੈਲੀ, ਇਹ ਬੜਾ ਯੂਨੀਕ ਸਬਜੈਕਟ ਹੈ ਸਾਡਾ। ਗੁੱਗੂ ਗਿੱਲ ਸਾਹਿਬ ਨੂੰ ਅਸੀਂ ਕਾਫੀ ਟਾਈਮ ਬਾਅਦ ਇੱਕ ਯੂਨੀਕ ਕਰੈਕਟਰ ਵਿੱਚ ਲੈ ਕੇ ਆ ਰਹੇ ਹਾਂ ਦੁੱਲਾ ਵੈਲੀ ਦੇ ਕਰੈਕਟਰ ਦੇ ਵਿੱਚ। ਇਹ 'ਚ ਅਸੀਂ ਪਿੰਡਾਂ ਦੀ ਸਾਦਗੀ ਸਿੰਪਲ ਸਿਟੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਕੁਛ ਅਜਿਹਾ ਦਿਖਾਵਾਂਗੇ ਕਿ ਜੋ ਉਸ ਟਾਈਮ ਵਾਪਰਿਆ, ਅਤੇ ਉਹ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਜਿਸ ਤਰ੍ਹਾਂ ਡਾਇਰੈਕਟਰ ਸਾਹਿਬ ਦੀ ਗੱਲ ਕੀਤੀ ਹੈ ਜੀ, ਡਾਇਰੈਕਟਰ ਸਾਹਿਬ ਉਹ ਪਰਸਨ ਨੇ ਜਿਨ੍ਹਾਂ ਨੇ ਕਿ ਪੰਜਾਬੀ ਸਿਨੇਮਾ ਜਗਤ ਨੂੰ ਜਾਂ ਫਿਰ ਪੰਜਾਬੀ ਸੱਭਿਆਚਾਰ ਨੂੰ ਐਸੇ ਐਸੇ ਗੀਤ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਬਣੇ ਜਾਂ ਹਿੰਦੀ ਫਿਲਮਾਂ ਬਣੀਆਂ ਜਿਨ੍ਹਾਂ ਨੂੰ ਕਿ ਸਰੋਤਿਆਂ ਨੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਸੋ ਮੇਰੇ ਨਾਲ ਨੇ ਦੁੱਲਾ ਵੈਲੀ ਫਿਲਮ ਦੇ ਡਾਇਰੈਕਟਰ ਦੇਵੀ ਸ਼ਰਮਾ। ਜਿਹੜਾ ਦੁੱਲਾ ਵੈਲੀ ਦਾ ਕਰੈਕਟਰ ਗੱਗੂ ਗਿੱਲ ਜੀ ਦਾ ਜੀ, ਇਹ ਇੱਕ ਕਾਫੀ ਚਿਰ ਤੋਂ ਬਾਅਦ ਜਿਹੜੀ ਗੱਗੂ ਗਿੱਲ ਜੀ ਦੀ ਆਡੀਅੰਸ ਹੈ ਇਹਨਾਂ ਨੂੰ ਇੱਕ ਐਕਸ਼ਨ ਰੋਲ ਵਿੱਚ ਦੇਖਣਾ ਚਾਹੁੰਦੀ ਸੀ, ਅਤੇ ਅਸੀਂ ਸਪੈਸ਼ਲ ਫਿਲਮ ਇੱਕ ਇਹੋ ਜਿਹੀ ਉਹਦੇ ਸਬਜੈਕਟ ਬਣਾਇਆ ਖੁਸ਼ੂ ਮੈਡਮ ਜੀ ਨੇ ਅਤੇ ਮਲਕੀਤ ਭਾਅ ਜੀ ਨੇ ਡਾਇਲੋਗ ਰੈਡੀ ਕੀਤੇ, ਅਤੇ ਉਹਨਾਂ ਨੇ ਗੁੱਗੂ ਗਿੱਲ ਜੀ ਦੇ ਇੱਕ ਇਹੋ ਜਿਹਾ ਕਰੈਕਟਰ ਇਹਦੇ ਵਿੱਚ ਦਿਖਾ ਰਿਹਾ ਕਿ ਲੋਕਾਂ ਨੂੰ ਮਤਲਬ ਹਰੇਕ ਉਹਨਾਂ ਦੇ ਡਾਇਲੋਗ 'ਤੇ ਹਰੇਕ ਉਹਨਾਂ ਦੀ ਇੰਟਰਵਿਊ 'ਚ ਲੋਕ ਤਾੜੀ ਮਾਰਨਗੇ, ਕਿਉਂਕਿ ਇੱਕ ਗੁੱਗੂ ਗਿੱਲ ਜੀ ਨੂੰ ਜਿਸ ਰੂਪ 'ਚ ਦੇਖਣਾ ਚਾਹੁੰਦੇ ਲੋਕ, ਅਸੀਂ ਇਹਦੇ ਵਿੱਚ ਟੌਪ ਦਾ ਐਕਸ਼ਨ ਵੀ ਪਾਇਆ ਜੀ, ਥ੍ਰਿਲ ਪਾਇਆ ਗੁੱਗੂ ਗਿੱਲ ਜੀ ਦੇ ਉਹ ਘੋੜੇ 'ਚ ਐਂਟਰੀ, ਸਭ ਕੁਛ ਜੀ ਵੱਖਰਾ ਪਾਇਆ ਗੁੱਗੂ ਗਿੱਲ ਜੀ ਨੇ, ਸਪੈਸ਼ਲ ਫਿਲਮ ਬਣਾਈ ਹੈ ਲੋਕਾਂ। ਬਾਕੀ ਤਾਂ ਆਡੀਅੰਸ ਨੇ ਦੇਖਣਾ ਜੀ ਫਿਲਮ ਸਾਡੀ ਕਿੰਨੀ ਕੁ ਵਧੀਆ ਲੱਗੇਗੀ, ਕਿੰਨੀ ਕਿੰਨੀ ਸਾਡੀ ਤਰਫੋਂ ਤਾਂ ਅਸੀਂ ਨੰਬਰ 1 ਫਿਲਮ ਦੇਵਾਂਗੇ ਜੀ। ਥੈਂਕ ਯੂ। ਪ੍ਰੋਡਿਊਸਰ ਵਿੱਚ ਮੇਨ ਪ੍ਰੋਡਿਊਸਰ ਮਲਕੀਤ ਬੁੱਟਰ ਜੀ ਨੇ, ਕੋ ਪ੍ਰੋਡਿਊਸਰ ਮਨਜੀਤ ਉੱਪਲ ਜੀ ਨੇ, ਊਰਜਾ ਫਿਲਮਸ ਨੇ, ਅਤੇ ਊਰਜਾ ਫਿਲਮਸ ਦੇ ਜਿਹੜੇ ਮਾਲਕ ਸੰਦੀਪ ਜੀ ਨੇ ਬਹੁਤ ਅੱਛੇ ਇਨਸਾਨ ਨੇ, ਉਹ ਵੀ ਇਸ ਵਿੱਚ ਪ੍ਰੋਡਿਊਸ ਕਰ ਰਹੇ ਨੇ ਜੀ। ਜਦੋਂ ਕਿ ਪਹਿਲਾਂ ਗੁੱਗੂ ਗਿੱਲ ਸਾਹਿਬ, ਯੋਗਰਾਜ ਸਾਹਿਬ ਪਹਿਲਾਂ ਬਣਾਉਂਦੇ ਸੀ ਮੂਵੀਆਂ, ਔਰ ਉਹਨਾਂ ਦੇ ਡਾਇਲਾਗ ਬੱਚੇ ਬੱਚੇ ਦੀ ਜ਼ੁਬਾਨ 'ਚ ਹੁੰਦੇ ਸੀਗੇ, ਇੰਨਾ ਕਰੇਜ਼ ਹੁੰਦਾ ਸੀ ਬੱਚਿਆਂ ਦੇ ਵਿੱਚ, ਕੋਈ ਗੁੱਗੂ ਗਿੱਲ ਬਣ ਜਾਂਦਾ ਸੀ, ਕੋਈ ਯੋਗਰਾਜ ਬਣ ਜਾਂਦਾ ਸੀ। ਸੋ ਇੰਨੇ ਚਿਰਾਂ ਬਾਅਦ ਇੱਕ 25-30 ਸਾਲਾਂ ਬਾਅਦ ਸਾਨੂੰ ਫਿਰ ਥੀਏਟਰ 'ਤੇ ਉਹੀ ਧੂਮ ਧੜਾਕੇ ਦੀਆਂ ਆਵਾਜ਼ਾਂ ਦੇਖਣ ਨੂੰ ਮਿਲਣਗੀਆਂ, ਹੈ ਨਾ। ਔਰ ਮੈਂ ਧੰਨਵਾਦ ਕਰਦਾ ਸਾਡੇ ਪ੍ਰੋਡਿਊਸਰ ਮਲਕੀਤ ਸਿੰਘ ਬੁੱਟਰ ਸਾਹਿਬ ਦਾ, ਔਰ ਮਨਜੀਤ ਸਿੰਘ ਉੱਪਲ ਜੀ ਦਾ ਕੈਨੇਡਾ ਵਾਲਿਆਂ ਦਾ, ਜਿਨ੍ਹਾਂ ਨੇ ਸਾਨੂੰ ਸਾਡੇ ਡਾਇਰੈਕਟਰ ਸਾਹਿਬ ਦੇਵੀ ਸ਼ਰਮਾ ਜੀ ਔਰ ਖੁਸ਼ਬੂ ਜੀ ਇਹਨਾਂ ਸਾਰਿਆਂ ਨੂੰ ਹੌਸਲਾ ਫਜ਼ਾਈ ਦਿੱਤੀ ਹੈ ਕਿ ਤੁਸੀਂ ਇਹ ਕੰਮ ਕਰੋ, ਅਸੀਂ ਤੁਹਾਡੇ ਨਾਲ ਹਾਂ, ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ। ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਇਹਨੂੰ ਵੀ ਉਹਦੇ ਨਾਲ ਜੋੜਨ ਦਾ, ਅਤੇ ਪੁਰਾਣੀ ਨੂੰ ਵੀ ਇਕੱਠਿਆਂ ਨੂੰ, ਤਾਂ ਕਿ ਕੋਈ ਵਖਰੇਵਾਂ ਵਧੇ ਨਾ, ਇਹ ਜੋੜ ਹੋਵੇ ਤਾਂ ਜਿਹੜਾ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਵੀ ਵਧੀਆ ਹੋਵੇ ਔਰ ਸਾਡੇ ਸਰੋਤੇ ਵੀ ਵਧੀਆ ਚੀਜ਼ ਦੇਖਣ। ਇਹ ਪ੍ਰੋਜੈਕਟ ਅਸੀਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਲਿਆ ਰਹੇ ਹਾਂ, ਲੱਗਦਾ ਵੀ ਜਿਹੜਾ ਇਹ ਐਕਸ਼ਨ
ਤੇ ਕਮੇਡੀ ਜਿੱਦਾਂ ਪੁਰਾਣੇ ਆਰਟਿਸਟ ਸੀ ਲੈ ਰਹੇ ਹਾਂ ਨਵਿਆਂ ਦੇ ਨਾਲ ਅਤੇ ਗਲੈਮਰ ਸਾਰਾ ਕੁਛ ਜਿਹੜਾ ਹੈਗਾ ਸਾਡੇ ਸਰੋਤਿਆਂ ਨੂੰ ਪਸੰਦ ਆਊਗਾ। ਸਾਰੇ ਸਰੋਤਿਆਂ ਨੂੰ ਬਹੁਤ ਹੀ ਇੱਕ ਮੇਰੇ ਵੱਲੋਂ ਬੇਨਤੀ ਹੈ ਕਿ ਜਦੋਂ ਦੁੱਲਾ ਵੈਲੀ ਮੂਵੀ ਸਾਡੀ ਅਸੀਂ ਇੱਕ ਗਾਨੀ ਦੀ ਤਰ੍ਹਾਂ ਸ਼ਿੰਗਾਰ ਕੇ ਜਦੋਂ ਅਸੀਂ ਸਿਨੇਮਿਆਂ ਦੇ ਵਿੱਚ ਲਿਆਵਾਂਗੇ ਤੁਸੀਂ ਸਾਨੂੰ ਜ਼ਰੂਰ ਪਿਆਰ ਦਿਓ। ਅਸੀਂ ਤੁਹਾਡੇ ਵਾਸਤੇ ਬੜਾ ਕੁਛ ਲੈ ਕੇ ਆਏ ਹਾਂ, ਉਹਦੇ ਵਿੱਚ ਬੜਾ ਪਿਆਰ, ਬੜਾ ਹਾਸੇ ਠੱਠੇ, ਕਮੇਡੀ, ਡਿਸ਼ੁਮ ਡਿਸ਼ੁਮ ਬੜੀ ਪੁਰਾਣੀ ਹੈ ਨਾ ਲੈ ਕੇ ਆਏ ਹਾਂ। ਸੋ ਥੈਂਕ ਯੂ ਵੈਰੀ ਮੱਚ, ਸਾਰੀ ਸਾਡੀ ਸਾਰੀ ਆਲ ਟੀਮ ਨੂੰ ਮੈਂ ਵਧਾਈ ਦਿੰਦਾ।